ਟਾਹਣੀ ਹਿਲਾਉਣ ਨਾਲ ਫਲ ਥੱਲੇ ਕਿਉਂ ਡਿੱਗਦੇ ਹਨ? ਜੇਕਰ ਕੋਈ ਚੀਜ਼ ਆਰਾਮ ਅਵਸਥਾ ਵਿੱਚ ਹੈ ਤਾਂ ਉਹ ਆਰਾਮ ਵਿੱਚ ਹੀ ਰਹੇਗੀ ਜਦ ਤੱਕ ਕਿ ਉਸ ਦੀ ਸਥਿਤ ਨੂੰ ਬਦਲਣ ਲਈ ਬਾਹਰ ਬਲ ਦਾ ਇਸਤੇਮਾਲ ਨਾ ਕੀਤਾ ਜਾਵੇ। ਦੇ ਬਗੀਚੇ ਵਿੱਚ ਅਮਰੂਦ ਦਾ ਜਾਂ ਕਿਸੇ ਹੋਰ ਫਲ ਦਾ ਰੁੱਖ ਜ਼ਰੂਰ ਲੱਗਾ ਹੋਵੇ ਅਤੇ ਨਿਸ਼ਚਿਤ ਤੌਰ 'ਤੇ ਉਸ ਦੇ ਫਲ ਤੋੜਨ ਲਈ ਤੁਸੀਂ ਰੁੱਖ ਦੀ ਟਾਹਣੀ ਨੂੰ ਵੀ ਕਦੋਂ ਹਿਲਾਇਆ ਹੋਵੇ। ਪਰ ਕਦੇ ਤੁਸੀਂ ਸੋਚਿਆ ਹੈ ਕਿ ਟਾਹਣੀ ਹਿਲਾਉਣ ਨਾਲ ਕੁਝ ਫਲ ਥੱਲੇ ਜ਼ਮੀਨ 'ਤੇ ਕਿਉਂ ਡਿੱਗਦੇ? ਇਸ ਵਿੱਚ ਵੀ ਭੌਤਿਕ ਸ਼ਾਸਤਰ ਦਾ ਉਹੀ ਨਿਯਮ ਲਾਗੂ ਹੁੰਦਾ ਹੈ ਜਿਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਜਦੋਂ ਰੁੱਖ ਦੀ ਟਾਹਣੀ ਨੂੰ ਹਿਲਾਇਆ ਜਾਂਦਾ ਹੈ ਤਾਂ ਉਹ ਗਤੀ ਵਿੱਚ ਆ ਜਾਂਦੀ ਹੈ, ਪਰ ਉਸ 'ਤੇ ਲੱਗੇ ਫਲ ਜੜਤਾ ਦੇ ਕਾਰਨ ਆਰਾਮ ਦੀ ਹਾਲਤ ਵਿੱਚ ਮਤਲਬ ਆਪਣੀ ਜੰਗਾਂ ਹੀ ਰਹਿੰਦੇ ਹਨ ਅਤੇ ਵੱਡੇ ਕਮਜ਼ੋਰ ਫਲ ਟਾਹਣੀ ਤੋਂ ਅਲੱਗ ਹੋ ਜਾਂਦੇ ਹਨ। ਇਹ ਗ੍ਰੈਵਿਟੀ ਗੁਰਾਤੂ ਆਕਰਸ਼ਣ ਵੀ ਵਜੇ ਕਰਕੇ ਜ਼ਮੀਨ 'ਤੇ ਡਿੱਗ ਜਾਂਦੇ ਹਨ।